ਜਾ ਮੈਂ ਬਾਦਸ਼ਾਹ ਦਾ ਨਿਕਾਹ, ਉਹਦਾ ਨਿਕਾਹ ਹੋ ਗਿਆ ਬਾਦਸ਼ਾਹ ਦੇ ਨਾਲ, ਉਹਦੀਆਂ 20-20 ਨੌਕਰਾਣੀਆਂ ਉਹਦੇ ਅੱਗੇ ਪਿੱਛੇ ਕੱਪੜੇ ਬਦਲਣ ਵਾਲੀ, ਖਾਣਾ ਖਵਾਉਣ ਵਾਲੀ, ਖਿਦਮਤ ਕਰਨ ਵਾਲੀ। ਲੇਕਿਨ ਉਹ ਜਦੋਂ ਦਾ ਬਾਦਸ਼ਾਹ ਦੇ ਨਾਲ ਨਿਕਾਹ ਹੋਇਆ, ਉਸ ਦਿਨ ਤੋਂ ਉਸ ਦਿਨ ਤੱਕ ਰੋਂਦੀ ਰਹੀ, ਰੋਂਦੀ ਰਹੀ ਦਿਨ ਰਾਤ, ਉਹ ਰੋਂਦੀ ਰਹਿਣਾ। ਇੱਕ ਮਾਈ ਜਿਹੜੀ ਸਮਝਦਾਰ ਬੀਬੀ ਸੀ, ਉਹਨੇ ਕਿਹਾ ਵੀ ਬੀਬੀ ਹੁਣ ਤੈਨੂੰ ਹੁਣ ਕਾਹਦੀ ਕਮੀ ਹੈ, ਕਾਹਦੀ ਤੈਨੂੰ ਕਮੀ, ਨੌਕਰ ਤੇਰੇ ਅੱਗੇ ਪਿੱਛੇ, ਬਾਦਸ਼ਾਹ ਨੇ ਤੇਰੇ ਨਾਲ ਨਿਕਾਹ ਕਰ ਲਿਆ, ਇੰਨਾ ਤੇਰੇ ਕੋਲ ਪੈਸਾ। ਉਸ ਮਾਈ ਨੇ ਕਿਹਾ ਵੀ ਮੈਂ ਰੋਨੀ ਇਸ ਵਜ੍ਹਾ ਤੋਂ ਆ ਕਿ ਮੈਂ ਇਸ ਕਾਬਲ ਨਹੀਂ ਹੈ ਸਨ, ਇਸ ਵਜ੍ਹਾ ਤੋਂ ਰੋਨੀ ਆ ਕਿ ਮੈਂ ਇਸ ਕਾਬਲ ਨਹੀਂ ਸੀ, ਹੈ ਕਿ ਮੈਂ ਕਿੱਥੇ ਪਹੁੰਚ ਗਈ ਹਾਂ, ਹੁਣ ਰੋਨੀ ਹੈ ਕਿ ਮੇਰਾ ਸਿਰ ਦਾ ਸਾਈ ਜਿਸ ਦਿਨ ਨਰਾਜ਼ ਹੋ ਗਿਆ ਸਾਰਾ ਕੁਛ ਹੋਇਆ ਜਾਏਗਾ, ਇਸ ਵਜ੍ਹਾ ਤੋਂ ਰੋ ਰਹੀ ਹਾਂ ਕਿ ਕਿਤੇ ਮੇਰਾ ਸਿਰ ਦਾ ਸਾਈ। ਉਹ ਬੇਲੀਓ ਖੁਦਾ ਦੀ ਕਸਮੇ, ਜਿਨ੍ਹਾਂ ਨੇ ਰਾਤਾਂ ਜਾਗੀਆਂ, ਜਿਨ੍ਹਾਂ ਨੇ ਤਕਲੀਫਾਂ ਚੱਲੀਆਂ, ਕਿਸ ਕੰਮ ਦੇ ਅੰਦਰ, ਆਖਰਤ ਨੂੰ ਸਵਾਰਨ ਦੇ ਅੰਦਰ ਉਹ ਰਾਤਾਂ ਜਾਗ ਰਹੇ ਨੇ, ਉਹ ਰੋ ਰਹੇ ਨੇ ਕਿ ਬੇਲੀਓ ਤੁਸੀਂ ਵੀ ਆਪਣਾ ਆਪ ਸਵਾਰ ਲਓ। ਹੈ ਉਹ ਮਾਈ ਰੋਂਦੀ ਰਹੀ ਕਿ ਕਿਤੇ ਮੇਰੇ ਕੋਲੋਂ, ਅੱਗੇ ਹਿਸਟਰੀ ਪੜ੍ਹ ਕੇ ਦੇਖੋ, ਮੌਲਾ ਅਲੀ ਕਿਉਂ ਰੋਂਦੇ ਸਨ, ਕਮਰਾ ਬੰਦ ਕਰ ਲੈਂਦੇ ਸਨ, ਕਿਉਂ ਜ਼ਾਰੋ ਕਤਾਰ ਰੋਂਦੇ ਸਨ, ਇਸ ਵਜ੍ਹਾ ਤੋਂ ਰੋਂਦੇ ਸਨ ਕਿ ਇਨਸ਼ਾਅੱਲਾ ਰੱਬ ਕਿਤੇ ਮੇਰੇ ਤੇ ਨਾਰਾਜ਼ ਨਾ ਹੋ ਜਾਏ। ਅਗਰ ਤੁਮਰੇ ਫਾਰੂਕ ਦਾ ਹਿਸਟਰੀ ਦੇਖ ਲਓ, ਕਿਉਂ ਰੋਂਦੇ ਸਨ ਕਿ ਰੱਬ ਸਾਡੇ ਤੇ ਕਿਤੇ ਨਾਰਾਜ਼ ਨਾ ਹੋ ਜਾਏ। ਇਸ ਮੁਕਾਮ ਤੇ ਪਹੁੰਚ ਕੇ ਇਹ ਅੱਲਾਹ ਪਾਕ ਨੇ ਕਿੰਨੀਆਂ ਨੇਮਤਾਂ ਅਦਾ ਕਰ ਦਿੱਤੀਆਂ, ਕਿੰਨਾ ਮੁਕਾਮ ਅਦਾ ਕਰ ਦਿੱਤਾ, ਲੇਕਿਨ ਫਿਰ ਵੀ ਰੋਂਦੇ ਇਸ ਵਜ੍ਹਾ ਤੋਂ ਸਨ ਕਿ ਕਿਤੇ ਸਾਡੇ ਤੋਂ ਕੋਈ ਐਸੀ ਕਤਾ ਨਾ ਹੋ ਜਾਏ, ਸਾਡਾ ਸਾਈਂ ਰਾਜ਼ੀ ਜਿਹੜਾ ਉਹ ਸਾਡੇ ਤੇ ਨਾਰਾਜ਼ ਨਾ ਹੋ ਜਾਵੇ। ਅੱਜ ਅੱਲਾਹ ਵਾਲਿਆਂ ਨੂੰ ਕਿਉਂ ਫਿਕਰ ਪਿਆ, ਕਾਹਦਾ ਫਿਕਰ ਪਿਆ? ਇਸ ਵਜ੍ਹਾ ਤੋਂ ਮੇਰੇ ਦੋਸਤ ਤੋਂ ਕੋਈ ਆਇਆ ਲੈ ਕੇ ਚਲਾ ਗਿਆ, ਉਮਰ ਵਾਰ ਵੀ ਨਾ ਪਾ ਸਕਾ, ਕੋਸ਼ਿਸ਼ ਕਰਕੇ ਸਾਨੂੰ ਤਾਂ ਚੰਗੇ ਸੰਗ ਦੇ ਰਹੇ ਹੈ, ਚੰਗੀਆਂ ਦੇ ਲੜਨ ਲੱਗਿਆ, ਮੇਰੀ ਝੋਲੀ ਖੁੱਲ੍ਹ ਪੈਂਦੇ। ਇਹ ਕਾਰੀ ਸਾਹਿਬ ਦੀ ਬੜੀ ਮਿਹਰਬਾਨੀ ਹੈ, ਖੁਦਾ ਦੀ ਕਸਮੇ।